ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਭਗਤ PCS ਵਧੀਕ DC ਕਪੂਰਥਲਾ ਵੱਲੋਂ ਕੀਤਾ ਗਿਆ। ਇਸ ਦੌਰਾਨ SDM ਪੁਲੱਥ ਰਵਨੀਤ ਕੌਰ ਬਲ, ਖੇਤੀਬਾੜੀ ਜ਼ਿਲ੍ਹਾ ਅਫਸਰ ਡਾਕਟਰ ਬਲਬੀਰ ਸਿੰਘ ਚੰਦ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ, ਖੇਤੀ ਮਾਹਿਰਾਂ ਪਾਸੋਂ ਸਾਉਣੀ ਦੀਆਂ ਫਸਲਾਂ ਸੰਬੰਧੀ ਜੋ ਤਕਨੀਕੀ ਗਿਆਨ ਤੁਸੀਂ ਅੱਜ ਹਾਸਲ ਕੀਤਾ ਹੈ, ਇਸ ਨੂੰ ਆਪਣੇ ਖੇਤਾਂ ਦੇ ਵਿੱਚ ਅਪਣਾ ਕੇ ਭਰਪੂਰ ਲਾਭ ਉਠਾਇਆ ਜਾਵੇ। ਫਸਲਾਂ ਦੀ ਰਹਿਣ ਖੂਨ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਜ਼ਮੀਨ ਦੇ ਵਿੱਚ ਹੀ ਮਲਾਇਆ ਜਾਵੇ। ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਖੇਤੀ ਦੇ ਚੰਗੇ ਭਵਿੱਖ ਦੇ ਲਈ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਨਾ ਕੀਤੀ ਜਾਵੇ। ਅੱਜ ਦਾ ਜਿਹੜਾ ਸਾਡਾ ਕਿਸਾਨ ਭਲਾਈ ਕੈਂਪ ਹੈਗਾ ਜ਼ਿਲ੍ਹੇ ਵਿੱਚ ਅਸੀਂ ਲਾਇਆ, ਇਹਦੇ ਵਿੱਚ ਸਾਡੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਦੀ ਸੰਭਾਲ ਜਿਹੜੀ ਹੈਗੀ ਆ, ਸਾਡਾ ਪਾਣੀ ਆ, ਸਾਡੀ ਹਵਾ, ਸਾਡੀ ਮਿੱਟੀ ਆ, ਉਹਨਾਂ ਨੂੰ ਕਿੱਦਾਂ ਅਸੀਂ ਬਚਾਉਣਾ, ਉਹਦੇ ਬਾਰੇ ਯਾਨੀ ਕਿ ਕਿਸਾਨ ਵੀਰਾਂ ਨੂੰ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਆ। ਇਹਦੇ ਨਾਲ ਨਾਲ ਜਿਹੜੀਆਂ ਸੋਨੀ ਦੀਆਂ ਫਸਲਾਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ ਆ ਕਿ ਕਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਰਾਇਟੀਆਂ ਸਿਫਾਰਸ਼ ਕੀਤੀਆਂ ਹੋਈਆਂ, ਕਿੰਨਾ ਬੀਜ ਪਾਉਣਾ ਔਰ ਸਮੇਂ ਸਿਰ ਉਹਦੀ ਲਵਾਈ ਔਰ ਬੀਜ ਦੀ ਸੋਧ ਕਿੱਦਾਂ ਕਰਨੀ ਆ, ਔਰ ਖਾਦਾਂ ਦੀ ਜਿਹੜੀ ਵਰਤੋਂ ਆ ਉਹ ਮਿੱਟੀ ਪਰਖ ਆਧਾਰ 'ਤੇ ਪਾਉਣੀ ਆ, ਖਾਦਾਂ ਦੇ ਨਾਲ ਰਸਾਇਣਕ ਖਾਦਾਂ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਯਾਨੀ ਕਿ ਤਕਨੀਕੀ ਜਾਣਕਾਰੀ ਦਿੱਤੀ ਆ ਕਿ ਜਿਹੜੀਆਂ ਸਾਡੀਆਂ ਜੈਵਿਕ ਖਾਦਾਂ ਹੈਗੀਆਂ ਅਤੇ ਜਵਾਣੂ ਖਾਦਾਂ ਹੈਗੀਆਂ ਉਹਨਾਂ ਦੀ ਵੀ ਨਾਲ ਆਪਾਂ ਸਮੇਲ ਜਿਹੜਾ ਹੈਗਾ ਉਹ ਰਸਾਇਣਕ ਖਾਦਾਂ ਦੇ ਨਾਲ ਕਰਨਾ ਹੈਗਾ। ਇੱਦਾਂ ਹੀ ਜਿਹੜੇ ਛੋਟੇ ਤੱਤ ਹੈਗੇ ਆ ਅਤੇ ਜਿੱਦਾਂ ਜਿੰਕ ਦੀ ਘਾਟ ਆ ਜਾਂਦੀ ਆ, ਲੋਹੇ ਦੀ ਘਾਟ ਆ ਜਾਂਦੀ ਆ, ਕਈ ਕਿਸਾਨ ਵੀ ਜਿਹੜੇ ਹੈਗੇ ਆ ਉਹ ਜਿਹੜੀ ਲੋਹਾ ਖਾਦ ਹੈਗੀ ਆ ਉਹਨੂੰ ਉੱਦਾਂ ਪਾ ਦਿੰਦੇ ਆ, ਇਹਦੀ ਸਪਰੇਅ ਕਰਨੀ ਆ, ਇਹਨੂੰ ਕਦੇ ਵੀ ਖਾਦ ਵਾਂਗ ਨਹੀਂ ਪਾਉਣਾ, ਇਸ ਕਰਕੇ ਇਹਦੇ ਬਾਰੇ ਵੀ ਤਕਨੀਕੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ। ਨਾਲੋ ਨਾਲ ਜਿਹੜੇ ਨਦੀਨ ਨਾਸ਼ਕ ਦੀ ਸਪਰੇਅ ਕਿੱਦਾਂ ਕਰਨੀ ਆ, ਕਦੋਂ ਸਪਰੇਅ ਕਰਨੀ ਆ, ਪਾਣੀ ਕਿੰਨਾ ਪਾਉਣਾ ਅਤੇ ਉਹ ਕਿਹੜੀ ਸਟੇਜ 'ਤੇ ਸਪਰੇਅ ਕਰਨੀ ਆ, ਕਿਹੜੀ ਦਵਾਈ ਹੈਗੀ ਆ ਉਹਦੇ ਬਾਰੇ ਵੀ ਵਿਸਥਾਰਪੂਰਵਕ ਜਿਹੜੀ ਹੈਗੀ ਆ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਆ। ਇੱਦਾਂ ਹੀ ਨਾਲ ਜਿਹੜੇ ਕੀੜੇ ਮਕੌੜੇ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ ਕਿ ਕੀੜੇ ਮਕੌੜਿਆਂ ਦੀ ਆਪਾਂ ਰੋਕਥਾਮ ਜਿਹੜੀ ਹੈਗੀ ਆ ਉਹ ਕਿੱਦਾਂ ਕਰਨੀ ਆ, ਕਿਉਂਕਿ ਸਾਡੇ ਕਈ ਮਿੱਤਰ ਕੀੜੇ ਵੀ ਹੁੰਦੇ ਆ ਵਿੱਚ, ਕਈ ਵਾਰ ਯਾਨੀ ਕਿ ਜਿਹੜੇ ਦੁਸ਼ਮਣ ਕੀੜੇ ਹੁੰਦੇ ਆ ਉਹਨਾਂ ਦੀ ਮਿਕਦਾਰ ਘੱਟ ਹੁੰਦੀ ਆ, ਮਿੱਤਰ ਕੀੜਿਆਂ ਦੀ ਜ਼ਿਆਦਾ ਹੀ ਹੁੰਦੀ ਆ, ਇਸ ਕਰਕੇ ਜਿੱਥੇ ਮਿੱਤਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਆ ਉੱਥੇ ਸਾਨੂੰ ਯਾਨੀ ਕਿ ਘੱਟ ਸਪਰੇਅ ਕਰਨ ਦੀ ਲੋੜ ਪੈਂਦੀ ਆ। ਇੱਦਾਂ ਹੀ ਬਿਮਾਰੀਆਂ ਬਾਰੇ ਵੀ ਜਿਹੜੀ ਕਿਸਾਨਾਂ ਨੂੰ ਫਸਲਾਂ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਬਹੁਤ ਵਧੀਆ ਉਤਸ਼ਾਹ ਜੀ ਕਿਸਾਨਾਂ ਨੇ ਯਾਨੀ ਕਿ ਨਾ ਕੀ ਆ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਆ। ਕਿਸਾਨ ਤੁਸੀਂ ਆਪ ਦੇਖ ਰਹੇ ਹਾਂ ਕਿ ਜਿੰਨੀਆਂ ਵੀ ਅਸੀਂ ਪ੍ਰਦਰਸ਼ਨੀਆਂ ਲਾਈਆਂ ਜਿਹੜੀ ਪਰਾਲੀ ਨੂੰ ਸਾਂਭ ਸੰਭਾਲ ਵਾਸਤੇ, ਅਸੀਂ ਯਾਨੀ ਕਿ ਸਮਾਰਟ ਸੀਡਰ ਰੱਖਿਆ ਹੋਇਆ, 7 ਸੀਡਰ ਬਾਰੇ ਦੱਸ ਰਹੇ ਹਾਂ, ਇੱਦਾਂ ਯਾਨੀ ਕਿ ਦਰਖਤ ਲਾਉਣ ਵਾਸਤੇ ਯਾਨੀ ਕਿ ਨਾ ਕੀ ਆ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਕਿਸਾਨਾਂ ਨੂੰ ਬੂਟੇ ਜਿਹੜੇ ਹੈਗੇ ਆ ਉਹ ਦੇ ਰਹੇ ਆ ਜੀ, ਉਹ ਕਾਫੀ ਉਤਸ਼ਾਹ ਜਿਹੜਾ ਹੈਗਾ ਉਹ ਕਿਸਾਨਾਂ ਦੇ ਵਿੱਚ ਦੇਖਿਆ ਗਿਆ ਜੀ।